ਸਫਲਤਾ ਵੱਲੋਂ ਦੀ ਧੰਨ ਧੰਨ ਜਗਤ ਗੁਰੂ ਜਗਤ ਨੂੰ ਤਾਰਨ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਵ ਜਿਹੜਾ 22 ਸਤੰਬਰ ਨੂੰ ਜਿਹੜਾ ਬਟਾਲੇ ਦੀ ਧਰਤੀ 'ਤੇ ਜਿਹੜਾ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ। ਇਹ ਵਿਆਹ ਪੂਰਵ ਨੂੰ ਸਮਰਪਿਤ ਇੱਕ ਨਗਰ ਕੀਰਤਨ 21 ਸਤੰਬਰ ਨੂੰ ਸੁਬਾਹ 6 ਵਜੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਰੰਭ ਹੋ ਕੇ ਉਹ ਬਟਾਲੇ ਦੀ ਧਰਤੀ 'ਤੇ ਜਾ ਕੇ ਸਮਾਪਤ ਹੋਏਗਾ। ਸਾਡੇ ਮਾਣਯੋਗ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਹਰਜਿੰਦਰ ਸਿੰਘ ਜੀ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੈਕਟਰੀ ਸਾਹਿਬ ਸਰਦਾਰ ਪ੍ਰਤਾਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਇਹ ਨਗਰ ਕੀਰਤਨ ਹੈ ਜਿਹੜਾ ਉਹ ਸੁਲਤਾਨਪੁਰ ਲੋਧੀ ਤੋਂ ਗੁਰਦੁਆਰਾ ਬੇਰ ਸਾਹਿਬ ਤੋਂ ਕੱਢਿਆ ਜਾ ਰਿਹਾ। ਇਸ ਨਗਰ ਕੀਰਤਨ ਦੇ ਵਿੱਚ ਨਗਰ ਕੀਰਤਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਦਰ ਛਾਇਆ ਦੇ 5 ਪਿਆਰਿਆਂ ਦੀ ਅਗਵਾਈ ਵਿੱਚ ਜਿਹੜਾ ਇਹ ਨਗਰ ਕੀਰਤਨ ਨਿਕਲੇਗਾ। ਉਸ ਦੇ ਸੰਬੰਧ ਵਿੱਚ ਜਿਹੜੀਆਂ ਕੱਲ੍ਹ ਤੋਂ ਜਿਹੜੀਆਂ 15 ਤਰੀਕ ਤੋਂ ਲੈ ਕੇ ਜਿਹੜੀਆਂ ਉਹ ਤਿਆਰੀਆਂ ਜਿਹੜੀਆਂ ਨੇ ਉਹ ਗੁਰਦੁਆਰਾ ਸਾਹਿਬ ਸ੍ਰੀ ਦੇਵ ਸਾਹਿਬ ਵਿਖੇ ਆਰੰਭ ਨੇ। ਜਿਵੇਂ ਕਿ ਡੈਕੋਰੇਸ਼ਨ ਦੀ ਪ੍ਰਕਿਰਿਆ ਚੱਲ ਰਹੀ ਹੈ, ਉਹ ਡੈਕੋਰੇਸ਼ਨ ਜਿਹੜੀ ਉਹ ਕੱਲ੍ਹ ਪਰਸੋਂ ਤੱਕ ਜਿਹੜੀ ਉਹ ਮੁਕੰਮਲ 20 ਤੱਕ ਜਿਹੜੀ ਹੈ 12 ਵਜੇ ਤੱਕ ਮੁਕੰਮਲ ਹੋ ਜਾਏਗੀ। ਔਰ ਜਿਹੜੀਆਂ ਵਿਦੇਸ਼ ਦੀਆਂ ਸੰਗਤਾਂ ਨੇ ਉਹ ਜਿਵੇਂ ਕਿ ਹੋਮਾਂ ਹੁਮਾ ਕੇ ਪਹਿਲਾਂ ਹੀ ਜਿਵੇਂ ਆ ਰਹੀਆਂ ਨੇ ਉਹ ਗੁਰੂ ਨਾਨਕ ਦੇਵ ਜੀ ਦੇ ਦਰ ਦੇ ਗੁਰਦੁਆਰਾ ਬੇਰ ਸਾਹਿਬ ਦੇ ਦਰਸ਼ਨ ਕਰ ਰਹੀਆਂ ਨੇ। ਅਤੇ ਆਓ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਵ ਮਨਾਈਏ ਬੜੇ ਧੂਮਧਾਮ ਨਾਲ। ਅਤੇ ਜਿਹੜਾ ਨਗਰ ਕੀਰਤਨ 21 ਸਤੰਬਰ ਨੂੰ ਸੁਬਾਹ ਇੱਥੋਂ 6 ਵਜੇ ਆਰੰਭ ਹੋ ਰਿਹਾ, ਉਹਦੇ ਵਿੱਚ ਸ਼ਾਮਿਲ ਹੋ ਕੇ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਔਰ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।